ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬਗ੍ਰੇਸ਼ਣ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡਗਨ ਜੈਂਟਸ ਸਵੈਟਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਜਿਹੜਾ ਆਪਾਂ ਪਾ ਸਕਦੇ ਹਾਂ ਜੇਕਰ ਆਪਾਂ ਕੋਈ ਆਪਣਾ ਜਿਹੜਾ ਪ੍ਰੋਜੈਕਟ ਤੇ ਸੌਖਾ ਜਿਹਾ ਡਿਜ਼ਾਈਨ ਪਾਉਣਾ ਚਾਹੁੰਦੇ ਆ ਛੋਟੀਆਂ ਛੋਟੀਆਂ ਬਣਾਈ ਦਾ ਤਾਂ ਜਿਹੜਾ ਅੱਜ ਆਪਣਾ ਇਹ ਡਿਜ਼ਾਈਨ ਆ ਉਸੇ ਤਰ੍ਹਾਂ ਦਾ ਹੀ ਆ ਛੋਟੇ-ਛੋਟੇ ਬਣਾਈ ਦਾ ਡਿਜ਼ਾਈਨ ਹੈ ਤੇ ਬਣਾਉਣ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ। ਦੋ-ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ 6 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਬਣਨੀਆਂ। ਉਲਟੇ ਪਾਸੇ ਤੋਂ ਅਸਤਰਾ ਦਾ ਜਿਹੜਾ ਆਪਣਾ ਡਿਜ਼ਾਈਨ ਹੈ ਦੇਖਦੇ। ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ। ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਜਦੋਂ ਆਪਾਂ ਡਿਜ਼ਾਈਨ ਹੈ ਜਿਹੜਾ ਸ਼ੁਰੂ ਕਰਨਾ ਆਪਣੀ ਪਹਿਲੀ ਸਲਾਈ ਤੇ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਇਹ ਮੇਰਾ ਦੋ ਵਾਰ ਇਥੇ ਡਿਜ਼ਾਈਨ ਹੈ ਜਿਹੜਾ ਰਿਪੀਟ ਕੀਤਾ ਹੋਇਆ ਹੈ ਤੇ ਹੁਣ ਆਪਾਂ ਜਿਹੜੀਆਂ ਡਿਜ਼ਾਈਨ ਦੀਆਂ 6 ਸਲੰਗਾਂ ਐ ਇਸ ਦੇ ਉੱਪਰ ਬਣਾਉਂਗੀ ਮੈਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਸਕੋਗੇ ਡਿਜ਼ਾਈਨ ਦੀ ਪਹਿਲੀ ਸਲਾਈ ਚੈਨ ਵਾਲਾ ਕੁੰਡਾ ਆਪਾਂ ਤਾਰ ਲੈਣ ਅੱਗੇ ਆਪਾਂ ਜਿੰਨੇ ਵੀ ਕੁੰਡੇ ਦੋ ਦੇ ਮਲਟੀਪਲ ਰੱਖੇ ਹੋਣਗੇ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਪਹਿਲੀ ਸਿਲਾਈ ਆ ਆਪਣੀ ਡਿਜ਼ਾਈਨ ਦੀ ਪਹਿਲੀ ਸਿਲਾਈ ਆ ਆਪਾਂ ਸਿੱਧੀ ਬਣਾ ਲਈ ਹੁਣ ਆਪਾਂ ਦੂਸਰੀ ਸਿਲਾਈ ਤੇ ਆ ਗਏ ਉਲਟ ਪਾਸੇ ਤੇ ਦੂਸਰੀ ਸਿਲਾਈ ਆ ਆਪਾਂ ਸਾਰੀ ਇੱਕ ਕੁੰਡਾ ਤਾਰ ਕੇ ਉਲਟੀ ਬਣਾ ਲੈਣੀ ਆ ਆਪਾਂ एक सिलाई अपनी सीधी होगी दूसरी आपको उल्टी बना लेनी उल्ट पासे तो हम आ गई तीसरी सिलाई तो सीधे पास एक कुंडा कूडा आपना फिर सारी सिलाई आप सीधी बन के कंप्लीट कर लेनी है पहली सिलाई की तरह सारी सिलाई सीधी बनाई कर लेंगे आप ਤੀसरी ਸਲਾਈ ਸਿੱਧੇ ਪਾਸੇ ਤੋਂ ਆਪਣੀ ਕੰਪਲੀਟ ਹੋ ਗਈ ਹੁਣ ਮੈਂ ਚੌਥੀ ਸਲਾਈ ਤੇ ਆ ਗਈ ਉਲਟੇ ਪਾਸੇ ਤੇ ਹੁਣ ਚੌਥੀ ਸਲਾਈ ਤੇ ਆਪਣਾ ਡਿਜ਼ਾਈਨ ਬਣੂਗਾ ਇੱਕ ਗੁੰਡਾ ਪਹਿਲਾਂ ਆਪਾਂ ਤਾਰ ਲੈਣੇ ਆ ਫਿਰ ਥ੍ਰੈਡ ਆਪਾਂ ਪਿੱਛੇ ਕਰਨੇ ਇੱਕ ਗੁੰਡਾ ਆਪਾਂ ਉਲਟਾ ਬਣਾ ਲੈਣੇ ਇੱਥੇ ਇੱਕ ਆਪਣੀ ਜਾਲੀ ਬਣ ਗਈ ਜਦ ਆਪਾਂ ਥ੍ਰੈਡ ਪਿੱਛੇ ਕੀਤਾ ਗੁੰਡਾ ਉਲਟਾ ਬਣਾਇਆ ਫਿਰ ਥ੍ਰੈਡ ਪਿੱਛੇ ਇੱਕ ਉਲਟਾ ਥ੍ਰੈਡ ਪਿੱਛੇ ਉਲਟਾ ਸਾਰੀ ਸਲਾਈ ਇਹ ਪੈਸੇ ਤਰ੍ਹਾਂ ਹੀ ਬਣਾਉਣੀ ਹੈ ਜਾਲੀ ਬਣਾਉਂਦੇ ਹੋਏ ਥ੍ਰੈਡ ਪਿੱਛੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਆਪਣੀ ਛੋਟੀ ਛੋਟੀ ਜਿਹੜੀ ਜਾਲੀ ਬਣਦੀ ਜਾਊਗੀ ਥ੍ਰੈਡ ਪਿੱਛੇ ਉਲਟਾ ਥ੍ਰੈਡ ਪਿੱਛੇ ਉਲਟਾ ਥ੍ਰੈਡ ਪਿੱਛੇ ਉਲਟਾ ਕੁੰਡਾ ਥ੍ਰੈਡ ਪਿੱਛੇ ਉਲਟਾ ਕੁੰਡਾ ਚੌਥੀ ਸਲਾਈ ਆਪਣੇ ਡਿਜ਼ਾਈਨ ਦੀ ਇਹ ਉਲਟ ਪਾਸੇ ਤੋਂ ਸਾਰੀ ਸਲਾਈ ਆਪੇ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ ਹੁਣ ਅਗੇ ਆਪਾਂ ਲਾਸਟ ਤੇ ਲਾਸਟ ਤੇ ਆਪਾਂ ਉਸੇ ਦਰਾਂ ਥ੍ਰੈਡ ਪਿੱਛੇ ਕਰਕੇ ਕੁੰਡਾ ਬਣਾ ਲੈਣਾ ਉਲਟ ਚੌਥੀ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਪੰਜਵੀਂ ਸਲਾਈ ਤੇ ਆ ਗਏ ਸਿੱਧੇ ਪਾਸੇ ਤੇ ਪੰਜਵੀਂ ਸਲਾਈ ਦੋ ਦੋ ਕੁੰਡਿਆਂ ਤੇ ਆਪਣਾ ਡਿਜ਼ਾਈਨ ਬਣਾ ਇਹ ਇੱਕ ਕੁੰਡਾ ਆਪਾਂ اتار ਲੈਣਾ ਕੰਨੀ ਵਾਲਾ ਇਸ ਤਰ੍ਹਾਂ ਇਹ ਵਾਲਾ ਆਪਾਂ ਸਲਾਈ ਤੋਂ اتارਤਾ ਫੇਰ ਆਪਾਂ ਇੱਕ ਕੁੰਡਾ ਖੋਲਿਆ ਵਾਲ ਸਲਾਈ ਤੋਂ ਉਤਾਰਤਾ ਫੇਰ ਦੂਸਰਾ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੀਆਂ ਆਪਣੇ ਕੋਲ ਹੋਗੇ ਫੇਰ ਆਪਾਂ ਜਿਹੜਾ ਆਪਣਾ ਇਹ ਅਗਲਾ ਕੁੰਡਾ ਹੈ ਇਹਨੂੰ ਆਪਾਂ ਪਿੱਛੇ ਲੈ ਕੇ ਜਾਣਾ ਤੇ ਪਿਛਲਾ ਕੁੰਡਾ ਆਪਾਂ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ ਕਰ ਲੈਣਾ ਆਪਾਂ ਇਹ ਆਪਾਂ ਕੁੰਡਾ ਪਿੱਛੇ ਲੈ ਜਾਣਾ ਪਿਛਲਾ ਕੁੰਡਾ ਆਪਾਂ ਪਿਛਲੇ ਪਾਸੇ ਤੋਂ ਅੱਗੇ ਲੈ ਆਉਣ। ਫਿਰ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਦੇਨੇ ਇਸ ਤਰ੍ਹਾਂ। ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਖੋਲ ਲੈਣੇ ਇੱਕ ਦੋ ਵਾਲਾ ਜਿਹੜਾ ਸਲਾਈ ਤੋਂ ਉਤਾਰਦੇ ਨੇ। ਫਿਰ ਆਪਾਂ ਉਸੇ ਤਰ੍ਹਾਂ ज आप इस तरह भी बुनाई कर सकते हैं पहला पिछला कुा बुनाई कर लिया पिछे तो फिर आप अगला कुंडा बुई कर लिया इस तरह फिर उस तरह दो दोडे खोल लेने आप अगला कुंडा पिछे ला जाना पिछला कुंडा आप आना ਫੇਰ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਦੇਨੇ ਜਿੰਨੇ ਵੀ ਕੁੰਡੇ ਆਪਣੇ ਕੋਲ ਹੋਣਗੇ ਆਪਾਂ ਐਸੀ ਤਰ੍ਹਾਂ ਬਣਾ ਲੈਣੇ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਫੇਰ ਉਸੇ ਤਰ੍ਹਾਂ ਇੱਕ ਦੋ ਦੋ ਕੁੰਡੇ ਖੋਲ ਲੈ ਫੇਰ ਉਸੇ ਤਰ੍ਹਾਂ ਪਹਿਲਾ ਕੁੰਡਾ ਆਪਾਂ ਅੱਗੇ ਲੈ ਆਉਣਾ ਪਿਛਲੇ ਪਾਸੇ ਤੋਂ ਅਗਲਾ ਕੁੰਡਾ ਆਪਾਂ ਪਿੱਛੇ ਲੈ ਜਾਣਾ ਟਵਿਸਟ ਕਰ ਲੈਣਾ ਆਪਾਂ ਇਹੀ ਰੋਸੇ ਤਰ੍ਹਾਂ ਫੇਰ ਸਿੱਧੇ ਬਣਾਈ ਕਰਦੇ ਨੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਖੋਲ ਲੈਣੇ ਇੱਕ ਦੋ ਫੇਰ ਪਿਛਲਾ ਕੁੰਡਾ ਆਪਾਂ ਅੱਗੇ ਲੈ ਆਉਣ ਅਗਲਾ ਕੁੰਡਾ ਆਪਾਂ ਪਿੱਛੇ ਲੈ ਜਾਣੇ ਇਸ ਤਰ੍ਹਾਂ ਦੋਨੇ ਕੁੰਡੇ ਸਿੱਧੇ ਬਣਾ ਲੈਣੇ ਇਹ ਵਿੱਚ ਵਾਲੇ ਕੁੰਡੇ ਸਾਰੇ ਮੈਂ ਇਸੇ ਤਰ੍ਹਾਂ ਬਣਾ ਲੈਣੀਆਂ ਫੇਰ ਲਾਸਟ ਤੇ ਤੁਹਾਨੂੰ ਦੱਸਾਂਗੀ ਹੁਣ ਲਾਸਟ ਤੇ ਆਪਾਂ ਉਸੇ ਤਰ੍ਹਾਂ ਦੋ ਕੁੰਡੇ ਬਣਾ ਕੇ ਜਿਹੜਾ ਆਪਣਾ ਇੱਕ ਕੁੰਡਾ ਰਹਿ ਜਾਊਗਾ ਇੱਥੇ ਨੂੰ ਆਪਾਂ ਸਿੱਧਾ ਬਣਾ ਲੈਣਾ। ਪੰਜਵੀਂ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਹੁਣ ਆਪਾਂ ਆਗੇ ਉਲਟ ਪਾਸੇ ਤੇ ਛੇਵੀਂ ਸਲਾਈ ਤੇ। ਛੇਵੀਂ ਸਲਾਈ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਸਾਰੀ ਸਲਾਈ ਆਪਣੀ ਉਲਟੀ। ਛੇਵੀਂ ਤੇ ਲਾ ਅਸ ਤਸ ਲਾ ਇਹ ਆਪਣੇ ਡਿਜ਼ਾਈਨ ਦੀ। ਇਹੀ ਛੇ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਆਪਣਾ ਬਣਦਾ ਜਾਂਦਾ ਹੈ। ਲਓ ਦੀ ਛੇ ਸਲਾਈਆਂ ਆਪਣੇ ਡਿਜ਼ਾਈਨ ਦੇਆ ਕੰਪਲੀਟ ਹੋ ਗੁਆ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਗਿਆ। ਛੋਟਾ-ਛੋਟਾ ਜਿਹਾ ਡਿਜ਼ਾਈਨ ਆਪਣਾ ਵਿੱਚ ਬਣਦਾ ਜਾਂਦਾ ਹੈ। ਜਦੋਂ ਆਪਾਂ ਡਿਜ਼ਾਈਨ ਹੁਣ ਆਪਣਾ ਦੁਬਾਰਾ ਸਟਾਰਟ ਕਰਨਾ ਉਸੇ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀ ਸਲਾਈ ਉਲਟੇ ਤੋਂ ਉਲਟੀ ਫਿਰ ਸਿੱਧੀ ਫਿਰ ਉਲਟੀ ਤੇ ਡਿਜ਼ਾਈਨ ਸਿੱਧੀ ਤੇ ਡਿਜ਼ਾਈਨ ਫਿਰ ਉਲਟੀ ਹੈ ਮੀ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ